ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਠੀਕ ਠਾਕ ਹੋ ਬਾਈ ਮਹਾਰਾਜ ਸੱਚੀ ਪਾਤਸ਼ਾਹ ਚੜ੍ਹਦੀ ਕਲਾ ਵੇਖੇ ਤੁਹਾਨੂੰ ਵੀਰੇ ਸਾਰਿਆਂ ਨੂੰ ਤੁਹਾਡੇ ਨਾਲ ਹੀ ਸ਼ਰਮਾ ਬਾਈ ਇੱਦਾਂ ਹੀ ਪਿਆਰ ਬਣਾਈ ਰੱਖੋ ਤੇ ਇੱਦਾਂ ਹੀ ਤੁਹਾਡੀ ਸੇਵਾ ਦੇ ਵਿੱਚ ਆਪਾਂ ਸੇਵਾ ਕਰਦੇ ਰਵਾਂਗੇ ਬਾਈ ਤੇ ਅੱਜ ਬੁੱਧਵਾਰ ਤਲਵੰਡੀ ਸਾਹਿਬ ਬਾਈ ਮੰਡੀ ਵੀ ਲੱਗੀ ਆ 23 ਤਰੀਕ ਆ 10ਵਾਂ ਮਹੀਨਾ 2024 ਆਪਾਂ ਨੂੰ ਦੋ ਬੰਦਿਆਂ ਨਾਲ ਮਿਲਾਵਾਂਗੇ ਸਾਡੇ ਯੂਟਿਊਬਰ ਨੇ ਬਾਈ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਆਪਾਂ ਨੂੰ ਇਹ ਰਾਹ 'ਤੇ ਪਾਇਆ ਦਿਖਾਇਆ ਕਿ ਵੀਡੀਓ ਪਾਉਣ ਨਾਲ ਕਿੰਨਾ ਕੁ ਬੰਦਾ ਫੇਮਸ ਹੋ ਸਕਦਾ ਇਹਨਾਂ ਨੇ ਦਾ ਧੰਨਵਾਦ ਮੈਂ ਬਾਈ ਸਾਰੀ ਜ਼ਿੰਦਗੀ ਨਹੀਂ ਕਰ ਸਕਦਾ ਨਹੀਂ 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 ਵੀਰੇ ਤੁਹਾਡੇ ਸਿਰ 'ਤੇ ਸ਼ਰਮ ਤੁਹਾਨੂੰ ਕਹੀ ਇਹ ਨੇ ਬਾਈ ਆਪਣੇ ਮਨਦੀਪ ਸਿੰਘ ਜੀ ਬਠਿੰਡੇ ਤੋਂ ਬਾਈ ਜਿੱਥੋਂ ਆਪਾਂ ਟਰੈਕਟਰਾਂ ਦੇ ਉੱਤੇ ਨੋਨ ਫੈਂਸ ਤੁਹਾਨੂੰ ਕਰਾ ਕੇ ਦਿੰਦੇ ਹਾਂ ਬਿਨਾਂ ਗਰੰਟਰ ਨੂੰ ਵੀ ਕਰਾ ਕੇ ਦਿੰਦੇ ਹਾਂ ਗਰੰਟਰ ਨਾਲ ਵੀ ਕਰਾ ਕੇ ਦਿੰਦੇ ਹਾਂ ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਕਰਾਉਂਦੇ ਹਾਂ ਬਾਈ ਅਤੇ ਜਾਇਜ਼ ਜੋ ਬੈਂਕ ਦਾ ਲੱਗਣਾ ਹੁੰਦਾ ਵਿਆਜ ਨਾ ਉਹ ਤਾਂ ਲੱਗਣਾ ਹੀ ਆ ਪਰ ਜਾਇਜ਼ ਵਿਆਜ ਘੱਟ ਤੋਂ ਘੱਟ ਡਾਕੂਮੈਂਟ 'ਤੇ ਬਾਈ ਲੋਨ ਕਰਵਾ ਕੇ ਦਿੰਦੇ ਆ ਘੱਟ ਤੋਂ ਘੱਟ ਖਰਚਾ ਨਹੀਂ ਤੁਹਾਡਾ ਖਰਚਾ ਵਿੱਚ ਬੈਂਕਾਂ ਵਾਲੇ ਵੀ ਬੈਠੇ ਆ 40-40 ਹਜ਼ਾਰ ਕਰਵਾਈ ਜਾਂਦੇ ਆ ਇਹ 25-28 ਹਜ਼ਾਰ ਲਾਸਟ 30 ਤੋਂ 20 ਤੋਂ ਲੈ ਕੇ 30 ਦੇ ਵਿੱਚ ਖਰਚਾ ਕਰਵਾਉਂਦੇ ਜੇ ਉਹ ਖਰਚੇ ਦੀ ਇਕੱਲੀ ਤੁਹਾਨੂੰ ਰਸੀਦ ਵੀ ਬਾਈ ਦੇਣਗੇ ਤਾਂ ਆਪਾਂ ਬਾਈ ਨਾਲ ਗੱਲ ਵੀ ਕਰਵਾਉਂਦੇ ਤੁਹਾਡੀ ਅਤੇ ਉਹ ਦੇਣ ਮੈਨੂੰ ਕਿੱਥੇ ਇਹ ਆਪਣੇ ਮਿੱਤਰ ਵੀ ਹੈ ਰਿਸ਼ਤੇਦਾਰ ਵੀ ਹੈ ਅਤੇ ਹੋਰ ਬਾਈ ਜੀ ਵਧੀਆ ਵਧੀਆ ਬਾਈ ਜੀ ਫਸਟ ਕਲਾਸ ਅਤੇ ਬਾਈ ਜੀ ਅੱਜ ਆਏ ਸੀ ਆਪਣੇ ਕੋਲ ਦੀਵਾਲੀ ਦੇਣ ਮੰਡੀ ਦੇ ਵਿੱਚ ਅਤੇ ਆਪਾਂ ਬਾਈ ਨਾਲ ਚਾਰ ਕੁ ਗੱਲਾਂ ਵੀ ਕਰਾਂਗੇ ਲੋਨ ਬਾਰੇ ਵੀ ਗੱਲਾਂ ਕਰਾਂਗੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਕਿ ਬਾਈ ਜੀ ਲੋਨ ਕਾਹਦੇ ਕਰਵਾ ਸਕਦੇ ਆ ਅਤੇ ਕਿੰਨਾ ਕੁ ਵਿਆਜ ਲੱਗਦਾ ਕਿੰਨੇ ਕੁ ਡਾਕੂਮੈਂਟ ਲੱਗਦੇ ਆ ਸਭ ਕੁਛ ਬਾਈ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਤੁਸੀਂ ਕਿਹੜੇ ਕਿਹੜੇ ਵਹੀਕਲਾਂ 'ਤੇ ਲੋਨ ਕਰਵਾ ਕੇ ਦੇ ਸਕਦੇ ਆਪਣਾ ਜੀ ਕਾਰ ਹੋ ਗਈ ਨਵੀਂ ਹੋਵੇ ਪੁਰਾਣੀ ਹੋਵੇ ਕਾਰ ਟਰੈਕਟਰ 'ਤੇ ਜੀ ਨਵੀਂ ਹੋਵੇ ਪੁਰਾਣੀ ਹੋਵੇ ਟਰੈਕਟਰ 'ਤੇ ਕਰਵਾਉਂਦੇ ਕੈਵੈਨ ਹੋ ਗਈ ਜੇ ਸੀ ਵੀ ਹੋ ਗਈਆਂ ਮਤਲਬ ਕਿ ਸਾਰੇ ਆਪਣੇ ਕੋਲ ਜਿੰਨੇ ਸੈਂਟਮੈਂਟ ਆ ਮਤਲਬ ਕਿ 4-ਵੀਲਰ ਦੇ ਵਿੱਚ ਓਕੇ ਸਾਰੇ 2011 ਮਾਡਲ ਤੋਂ ਸਟਾਰਟ ਆਪਣਾ ਲੋਨ ਵੀ 90% 95% ਆਪਾਂ ਲੋਨ ਕਰਵਾ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਅਤੇ ਬਾਈ ਜੀ ਇਹਨਾਂ ਵਾਸਤੇ ਕਿੰਨੇ ਕੁ ਡਾਕੂਮੈਂਟਾਂ ਕਿੰਨੇ ਕੁ ਮਤਲਬ ਲੋਕ ਖੱਜਲ ਖਜਾਰ ਹੋਣ ਦੀ ਲੋੜ ਹੁੰਦੀ ਹੈ ਗੁੱਸਾ ਨਾ ਕਰਿਓ ਜੱਟਾਂ ਦੀਆਂ ਗੱਲਾਂ ਵਿੱਚ ਸਹੀ ਤੁਹਾਡੀ ਗੱਲ ਸਹੀ ਹੁੰਦੀ ਹਾਂ ਖੱਜਲ ਖਵਾਰ ਵੀ ਆਪਾਂ ਨਹੀਂ ਹੋਣ ਦਿੰਦੇ ਆਪਣੇ ਕੋਲ ਕੀ ਹੈ ਇੱਕ ਆਧਾਰ ਪੈਨ ਕਾਰਡ ਬੰਦੇ ਦਾ ਠੀਕ ਹੈ ਇੱਕ ਉਹਦੇ ਮਤਲਬ ਕਿ ਘਰ ਦੇ ਡਾਕੂਮੈਂਟ ਕਿਸੇ ਦੇ ਨਹੀਂ ਜਾਂ ਉਹਦੀ ਮਤਲਬ ਕਿ ਫੈਮਿਲੀ 'ਚੋਂ ਜਾਂ ਉਹਦੇ ਮੁੰਡੇ ਦੇ ਠੀਕ ਹੈ ਜੀ ਉਹ ਆਪਣੇ ਡਾਕੂਮੈਂਟ ਚਾਹੀਦੇ ਆ ਬਾਕੀ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਨਾ ਤੁਹਾਨੂੰ ਬੈਂਕ ਜਾਣ ਦੀ ਲੋੜ ਹੈ ਨਾ ਕੁਛ ਤੁਹਾਡੇ ਘਰ ਜਾ ਕੇ ਮੁੰਡਾ ਜੀ ਭੇਜਾਂਗੇ ਬੈਂਕ 'ਚੋਂ ਆਪ ਸਾਰੀ ਫਾਇਲ ਭਰ ਕੇ ਲਊਗਾ ਬਾਕੀ ਉਹਦੇ ਖਰਚੇ ਤੁਹਾਨੂੰ ਇਕੱਲੇ ਇਕੱਲੇ ਦੱਸਾਂਗੇ ਭਾਈ ਇੰਨਾ ਖਰਚਾ ਇੰਨਾ ਲੋਨ ਪਊਗਾ ਦੱਸ ਕੇ ਫਿਰ ਤੁਹਾਨੂੰ ਮੁੰਡਾ ਅਸੀਂ ਭੇਜ ਲਾਂਗੇ ਉਹ ਕੋਈ ਤੁਹਾਨੂੰ ਖੱਜਲ ਖਾਰ ਨਹੀਂ ਓਕੇ ਬਾਈ ਜੀ ਹੁਣ ਇੱਕ ਗੱਲ ਹੋਰ ਆ ਵਿੱਚ ਪਿੰਡਾਂ ਦੇ ਵਿੱਚ ਕੀ ਕਰਦੇ ਜੀ ਮੰਨ ਲਓ ਮੈਂ ਟਰੈਕਟਰ ਲੈ ਲਿਆ ਭਾਈ ਸਤਨਾਮ ਨੂੰ ਕਹਿਤਾ ਕਿ ਭਾਈ ਸਤਨਾਮ ਗਵਾਹੀ ਪਾਏ ਭਾਈ ਸਤਨਾਮ 100 ਵਾਰੀ ਸੋਚ ਚੁੱਕੇ ਆ ਸ਼ਰਮਾ ਜੇ ਸ਼ਰਮੇ ਨੇ ਨਾ ਕਿਸ਼ਤ ਭਰੀ ਯਾਰ ਮੇਰਾ ਵੀ ਤਿੱਬਲ ਖਰਾਬ ਹੋ ਜੂਗਾ ਮਤਲਬ ਛੇਤੀ ਛੇਤੀ ਇੱਕ ਦੂਜੇ 'ਤੇ ਲੋਕ ਪਰਹੇਜ਼ ਕਰਦੇ ਨੇ ਗਵਾਹੀ ਪਾਉਣ ਤੋਂ ਮਤਲਬ ਇਹੋ ਜਿਹਾ ਕੋਈ ਸਿਸਟਮ ਹੈਗਾ ਯਾਰ ਜੇ ਮਤਲਬ ਕੋਈ ਗਵਾਹੀ ਗੁਵਾਹੀ ਦੀ ਲੋੜ ਹੀ ਨਾ ਪਵੇ ਜੀ ਗਵਾਹੀ ਵੀ ਆਪਣੇ ਕੋਲ ਸਾਰੇ ਬੈਂਕਾਂ ਨਾਲ ਆਪਣੇ ਪਾਈ ਆਪੇ ਜੀ ਠੀਕ ਹੈ ਓਕੇ ਮਤਲਬ ਕਿ ਚਾਹੇ ਹਰਿਆਣਾ ਹੋਵੇ ਪੰਜਾਬ ਹੋਵੇ ਰਾਜਸਥਾਨ ਹਰ ਜਗ੍ਹਾ 'ਤੇ ਲੋਨ ਕਰਵਾ ਦਿੰਦੇ ਓਕੇ ਉੱਥੋਂ ਦਾ ਮਰਜ਼ੀ ਹੋਵੇ ਆਪਾਂ ਨੂੰ ਉਹ ਵੀ ਲੋਨ ਨਹੀਂ ਗਰੰਟਰ ਬਿਨਾਂ ਗਰੰਟਰ ਤੋਂ ਕਰਵਾ ਦਿੰਦੇ ਲੈ ਭਾਈ ਨੋਟ ਗਰੰਟਰ ਦੀ ਕੋਈ ਲੋੜ ਨਹੀਂ ਜਿੱਥੇ ਮਰਜ਼ੀ ਲੋਨ ਕਰਵਾਉਣਾ ਹੋਵੇ ਤੁਸੀਂ ਕਰਵਾ ਸਕਦੇ ਹੋ ਨੋਟ ਕਰ ਲਿਓ ਬਾਈ ਤੁਹਾਡੇ ਘਰ ਤੋਂ ਬਾਹਰ ਕਿਸੇ ਵੀ ਵਿਅਕਤੀ ਦੀ ਕੋਈ ਲੋੜ ਨਹੀਂ ਬਾਹਰਲੇ ਬੰਦੇ ਦੀ ਗਵਾਹੀ ਦੀ ਗਰੰਟੀ ਦੀ ਕੋਈ ਲੋੜ ਨਹੀਂ
बिना गारंटी तो करा के नहीं भाई जी। तो भाई जी आप किरे मॉडल तो स्टार्ट लोन कर सकते हो? अपना ही 2011 मॉडल तो स्टार्ट है, 2011 मॉडल तो ऊपर। ओके उसको ही नहीं हो जाता सारे। अच्छा तो मतलब जी का आरसी वैलिड हो गए? आरसी वैलिड हो गए जी, एच आर नंबर है जी वो एन ओ सी जो अपलाई मिल जाए अपन डेली पेमेंट करा देंगे। ठीक है जी। अच्छा भाई जी मैं एक अहम गल पूछना चाहता कि मतलब जिदा ला लो भाई सतनाम ने लोन ले लिया, मैं लोन भाई तो गवाही पाती थी मोटरसाइकिल से पाती थी या कोई छोटे व्हीकल से पाती थी, आम आम गल भाई ये मतलब 50% यही काम चल रहा कि मतलब सतनाम सिंह वल्टर हो गए ना दे मैं भी वल्टर हो गया, मेरा कसूर कोई नहीं है। मतलब जे मैं ट्रैक्टर लेना मेरे लोन के दिक्कत परेशानी मैनू आती है वह कोई सलूशन हैगा? वह सलूशन हैगा जी, वह अपना ना ला देंगे, ये गरंटी पाई सी, ये तो आपका जी ट्रैक्स है भी आप नहीं उस भी हो जाता मतलब बंदे का लोन हो जू हो जूगा जी। कोई मैं भाई ये भी गल भी करना ही है गरंटी सिंपल खराब है किसी बंद ने गरंटी पाई हुई किसी होर बंद करके सिंपल खराब हो गया ना वो बंदे का भी लोन है ना जी। बिल्कुल घट तो घट कागजी कार्रवाई घट तो घट खर्चा भाई घट तो घट ब्याज भाई जी कि लगता लगभग लख रुपये 80 पैसे 85 पैसे इन्ना ब्याज मतलब जो आप कमरशियल चलाना फिर थोड़ा बहुत पता मतलब 10-11 हज़ार रुपया बिल्कुल बिल्कुल 10-11 हज़ार रुपया लग जाता भाई ब्याज साल का 1,00,000 रुपये से जस्टवी के हिसाब ने गल कह रहा मैं तो भाई नो एक बार कंटैक्ट जरूर करके देखियो सेवा का मौका दो भाई। ठीक है गल जे थानू चंगा लग्या तो भाई तो केस करवा लियो लोन करवा लियो। टू व्हील तो व्हीलर तो लोन नहीं होना, फोर व्हीलर तो लोन हो मतलब चार टायर ट्रैक्टर हो कुछ हो। ठीक है कोई गरंटर की लोड़ नहीं भी बस एक लोन कराने वाला चाहिए या उन्होंने घर का चाहिए एक परसन मतलब जो मिसेज होगी या मम्मी डैडी हो गया उन्होंने नाल बेटा हो गया तो नाल जूठा सैन ला करने वाला बंदा होना चाहिए। भाई जी थोड़ा मोबाइल नंबर अपना भाई जी नंबर नोट कर लो 98032-67067 तो दूजा नंबर है 88003092 ये दोनों नंबर है मेरे बीबीओ चौंक च अपना दफ्तर है A2Z फाइनेंशियल सर्विस बठिंडा। ठीक है तलवंडी ब्रांच भी हैगी है जी, लथाने ब्रांच भी हैगी है, बाकी आप होर भी अगर हौली हौली करके ब्रांचा होर खोल रहे हैं। मतलब भाई जी ऑल पंजाब दे विच करा सकदे? ऑल पंजाब राजस्थान हरियाणा ऑल हरियाणा बिल्कुल लो जी 3 स्टेटा के लोन भाई जी करवा सकते हैं पंजाब हरियाणा से राजस्थान। ठीक है बठिंडे भाई का मेन दफ्तर है जिते भाई खुद पेंदे ने लोकेशन दफ्तर की भाई अपना बीबी वाला चौंक कमला नहरू मार्केट से नियर पानी वाली टैंक बठिंडा नोट कर लो भाई नियर पोस्ट ऑफिस 70 नंबर। तो पंजाब के भाई जी थोड़े होर दफ्तर कितने कितने ने? अपने जी होर दफ्तर जिम्मे हूँ है बाकी हौली हौली ब्रांच अगर होर खोल रहे हैं जिम्मे जिम्मे अगर सू माता ठीक है गल भाई भाई का मोबाइल नंबर बारे मैं बोलता ना नोट कर लो 98032-67067 ये तो भाई का परसनल नंबर है। ठीक है जी तो दूजा नंबर है 98033-88003092 ये मेरा ऑफिस का नंबर है। ठीक है जी गल जो मर्जी भाई न फोन कर लो भाई जी एतवार 12 एतवार की छुट्टी छुट्टी जो मर्जी जी फोन करो लै भाई 8 बजे तो बाद ना करो। ठीक है गल हद नहीं थके होंगे थोड़ा बहुत चलो ठीक है गल तो उस पहले जो मर्जी फोन कर लो गल उन्नी करेंगे भाई जिनी निपड़ी मैं तो फालतू गल करिए जी ना फालतू खर्चे की गल करे असी करिए हाँ साड़ी
ਤੁਸੀਂ ਪਰਚੀ ਬਣਾ ਲਿਓ, ਖਰਚੇ ਦੀ ਬਣਾ ਲਿਓ, ਡਾਕੂਮੈਂਟ ਦੀ ਬਣਾ ਲਿਓ ਅਤੇ ਕਿਸੇ ਹੋਰ ਦੀ ਵੀ ਬਣਾ ਲਿਓ। ਬਰਾਬਰ ਰੱਖ ਕੇ ਦੇਖਿਓ ਜੀ ਕਿਹਦਾ ਖਰਚਾ ਘੱਟ ਅਤੇ ਕਿਹਦਾ ਵੱਧ ਆ। ਜੇ ਸਾਡਾ ਖਰਚਾ ਅਤੇ ਕਾਗਜ਼ ਕਾਰਵਾਈ ਘੱਟ ਲੱਗੀ ਤਾਂ ਸਾਡੇ ਤੋਂ ਕਰਾ ਲਓ। बहुत बहुत भाई मेहरबानी है। तो स्क्रीन पर भी भाई का नंबर चल रहा, वीडियो दब के लाइक कमेंट शेयर करो जीरे, ये जरूरी है वीडियो शेयर करनी, क्यों किसी भरा का कुछ फायदा हो, किसी ग्रांटर नहीं मिल रहा थी उन्होंने लोन करके ट्रैक्टर वास्ते भाई बैठे ने, उन्होंने लोन हो जाए है ना, तो अधिकार मिल जाता भाई। दब के लाइक कमेंट शेयर करो भाई, बहुत बहुत मेहरबानी। उदू पहला भाई अज आप दिवाली भी देना आया, तो आप भी तुम बच्चे दिखावे, बहुत बड़ा गिफ्ट दिखी होता भाई है ना, देखते हैं। ਵਾਲੀ ਗੱਲਬਾਤ ਹੀ ਇੱਦਾਂ ਨਹੀਂ ਹੈਗਾ ਕਿ ਮਤਲਬ ਅਸੀਂ ਬਿਜ਼ਨਸ ਤੌਰ 'ਤੇ ਵਰਤਦੇ ਇੱਕ ਦੂਜੇ ਨਾਲ, ਫੈਮਿਲੀ ਮੈਟਰ ਆ ਸਾਡਾ, ਰਿਸ਼ਤੇਦਾਰੀ ਸਾਡੀ, ਅਤੇ ਉਹ ਗੱਲਬਾਤ ਨਹੀਂ ਹੈਗਾ। ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਦੇਖੋਗੇ, ਠੀਕ ਹੈ ਜੀ। ਬਹੁਤ ਬਹੁਤ ਮਿਹਰਬਾਨੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ।